ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਆਪਣੇ ਜੀ ਹੋਇਆ ਅੱਜ ਆਪਾਂ ਨੂੰ ਤੀਜਾ ਦਿਨ ਆ ਜੀ ਲੌਂਗ ਵੀਕਐਂਡ ਆਪਣਾ ਫਿਨਿਸ਼ ਹੋਣ ਵਾਲਾ ਅਤੇ ਮੰਡੇ ਦੀ ਸਵੇਰ ਹੋ ਗਈ ਆ ਹਾਂਜੀ ਲਓ ਜੀ ਆਪਾਂ ਇੱਕ ਵਿਊ ਪੁਆਇੰਟ 'ਤੇ ਰੁਕੇ ਹਾਂ ਇਹ ਬਹੁਤ ਹੀ ਸੋਹਣੀ ਰਿਵਰ ਚੱਲਦੀ ਹੈ ਇੱਥੇ ਜਾਵਾਂਗੇ ਵੀਡੀਓ ਬਣਾਵਾਂਗੇ ਫੋਲ ਦੀ ਅਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਆਪਾਂ ਨੂੰ ਤੀਜਾ ਦਿਨ ਆ ਜੀ ਲੌਂਗ ਵੀਕਐਂਡ ਆਪਣਾ ਫਿਨਿਸ਼ ਹੋਣ ਵਾਲਾ ਅਤੇ ਮੰਡੇ ਦੀ ਸਵੇਰ ਹੋ ਗਈ ਆ ਕੱਲ੍ਹ ਨੂੰ ਆਪਾਂ ਜਾਣਾ ਕੰਮਾਂ 'ਤੇ ਅਤੇ ਅੱਜ ਆਪਾਂ ਰਿਚਮੰਡ ਨੂੰ ਵਾਪਸ ਚੜ੍ਹਾਈ ਕਰਨ ਲੱਗੇ ਹਾਂ ਜੀ ਅੱਜ ਰਿਚਮੰਡ ਨੂੰ ਚੱਲ ਜਾਣਾ ਆਪਾਂ ਵਾਪਸ ਅਤੇ ਜਾਂਦੇ ਹੋਏ ਇੱਕ ਆਪਾਂ ਸ਼ੈਨਨ ਫੋਲ ਦਿਖਾਲਾਂਗੇ ਦੋ ਲੇਕਾਂ ਆਪਾਂ ਦਿਖਾਲਾਂਗੇ ਤੁਹਾਨੂੰ ਇੱਕ ਦੋ ਵਿਊ ਪੁਆਇੰਟ ਹੈਗੇ ਆ ਉੱਥੇ ਰੁਕਾਂਗੇ ਅਤੇ ਨਾਲੇ ਲਵਾਂਗੇ ਡਰੋਨ ਸ਼ਾਟ ਅਤੇ ਵੀਡੀਓ ਸਾਰੀ ਤੁਹਾਡੇ ਨਾਲ ਕਰਦੇ ਰਹਾਂਗੇ ਜੀ ਸ਼ੇਅਰ ਬਸ ਆਪਾਂ ਬ੍ਰੇਕਫਾਸਟ ਕਰਕੇ ਹਟੇ ਹਾਂ ਅਤੇ ਪੈਕਿੰਗ ਚੱਲ ਰਹੀ ਆ ਸਾਡੀ ਅਤੇ ਬਸ ਅਸੀਂ ਲੱਗੇ ਹਾਂ ਤੋਰਨ ਅਤੇ ਰਾਹ ਦੇ ਵਿੱਚ ਫਿਰ ਜਿੱਦਾਂ ਜਿੱਦਾਂ ਵੀ ਵਿਊ ਆਉਣਗੇ ਵਧੀਆ ਵਧੀਆ ਚੀਜ਼ਾਂ ਆਵਾਂਗੇ ਤੁਹਾਨੂੰ ਦਿਖਾਵਾਂਗੇ ਸਾਰੀਆਂ ਅਤੇ ਬਣਾਵਾਂਗੇ ਨਾਲੇ ਵੀਡੀਓ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਫਿਰ ਤੁਸੀਂ ਆਪਣੀ ਵੀਡੀਓ ਨੂੰ ਕਰਦੇ ਰਹੋ ਫੋਲੋ ਐਂਡ ਲਓ ਜੀ ਸਾਡਾ ਜੀਵਨ ਸਿੰਘ ਵੀ ਉੱਠ ਖੜੋਇਆ ਕੀ ਕਰਦਾ ਬੁੱਕਾ ਜਿਹਾ ਉਹ ਤੇਰੀ ਚੁੜਕੀਆਂ ਵੀ ਆਉਂਦਾ ਜੀ ਸਵੇਰੇ ਸਵੇਰੇ ਐਦਾ ਕਰਦਾ ਇਹ ਆ ਦੇਖ ਲਾ ਫੋਨ ਲੈ ਕੇ ਬਹਿ ਗਿਆ ਸਵੇਰੇ ਇਹਨੂੰ ਕੋਈ ਕੰਮ ਨਹੀਂ ਫੋਨ ਤੋਂ ਮਿੱਠੀ ਦੇ ਦੇ ਕਿ ਦੇ ਮਿੱਠੀ ਉਹ ਮਿੱਠੀ ਦੇ ਦੇ ਯਾਰ ਇੱਕ ਮਿੱਠੀ ਦੇ ਦੇ ਫਿਰ ਲਓ ਜੀ ਸਾਨੂੰ ਮਿੱਠੀ ਮਿਲ ਗਈ ਹੈ ਜੀ ਮਿੱਠੀ ਹਾਂਜੀ ਲਓ ਜੀ ਆਪਾਂ ਇੱਕ ਵਿਊ ਪੁਆਇੰਟ 'ਤੇ ਰੁਕੇ ਹਾਂ ਇਹ ਬਹੁਤ ਹੀ ਸੋਹਣੀ ਰਿਵਰ ਚੱਲਦੀ ਹੈ ਇੱਥੇ ਅਤੇ ਆਇਓ ਤੁਹਾਨੂੰ ਰਿਵਰ ਦਿਖਾਉਂਦੇ ਹਾਂ ਤੁਸੀਂ ਮੇਰੇ ਪਿੱਛੇ ਵਿਊ ਥੋੜ੍ਹਾ ਬਹੁਤਾ ਦੇਖ ਹੀ ਸਕਦੇ ਹੋਣੇ ਆ ਅਤੇ ਇਹ ਰਿਵਰ ਦਿਖਾਉਂਦੇ ਹਾਂ ਤੁਹਾਨੂੰ ਅਤੇ ਤੁਸੀਂ ਲਓ ਨਜ਼ਾਰੇ ਕਰੋ ਇੰਜੋਏ ਬਹੁਤ ਹੀ ਪਿਆਰੀ ਰਿਵਰ ਆ ਜੀ ਇਹ ਤੁਸੀਂ ਦੇਖੋ ਇਹਦਾ ਵਿਊ ਦੇਖੋ ਜੀ ਤੁਸੀਂ ਰਿਵਰ ਦੇਖੋ ਇਹਦਾ ਵਿਊ ਬੰਦੇ ਸਾਡੇ ਆ ਰਹੇ ਹੌਲੀ ਹੌਲੀ ਹਾਂਜੀ ਲਓ ਜੀ ਫਿਰ ਤੁਸੀਂ ਦੇਖੋ ਰਿਵਰ ਅਤੇ ਲਓ ਨਜ਼ਾਰੇ ਉਹ ਬੰਦੇ ਸਾਡੇ ਥੱਲੇ ਉਤਰੇ ਹੋਏ ਆ ਤੁਸੀਂ ਦੇਖ ਸਕਦੇ ਆ ਹਾਂਜੀ ਲਓ ਜੀ ਅਤੇ ਇੱਧਰ ਮੁੰਡੇ ਦੀ ਮੰਮੀ ਨੇ ਲਾ ਲਈ ਆ ਮੁੰਡੇ ਦੀ ਐਨਕ ਅਤੇ ਆਪਾਂ ਤੁਰਨ ਲੱਗੇ ਹਾਂ ਜੀ ਹੁਣ ਨੈਕਸਟ ਡੈਸਟੀਨੇਸ਼ਨ 'ਤੇ ਲੇਕ 'ਤੇ ਰੁਕਾਂਗੇ ਅਤੇ ਚੱਲੀਏ ਜੀ ਫਿਰ ਮਿਲਦੇ ਹਾਂ ਜੀ ਫਿਰ ਅਗਲੇ ਵਿਊ ਪੁਆਇੰਟ 'ਤੇ ਹਾਂਜੀ ਲਓ ਜੀ ਹੁਣ ਆਪਾਂ ਇੱਕ ਹੋਰ ਵਿਊ ਪੁਆਇੰਟ 'ਤੇ ਰੁਕੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਇਹ ਵੀ ਲੋਕੇਸ਼ਨ ਇੱਥੇ ਪਿੱਛੇ ਗਲੇਸ਼ੀਅਰ ਵੇ ਬਣਿਆ ਹੋਇਆ ਅਤੇ ਸਨੋਅ ਜਿਹੜੀ ਆ ਮੈਲਟ ਹੋ ਕੇ ਥੱਲੇ ਨੂੰ ਆਈ ਹੋਈ ਆ ਅਤੇ ਇਹ ਤੁਸੀਂ ਮੇਰੇ ਬੈਕ ਸਾਈਡ 'ਤੇ ਦੇਖ ਹੀ ਸਕਦੇ ਹਾਂ ਅੱਜ ਆਪਾਂ ਕੈਮਰਾ ਘੁਮਾਉਂਦੇ ਹਾਂ ਅਤੇ ਬਣਾਉਂਦੇ ਹਾਂ ਵੀਡੀਓ ਨਾਲੇ ਆਪਾਂ ਉਡਾਉਂਦੇ ਹਾਂ ਡਰੋਨ ਇੱਥੇ
ਸ਼ੈਨਨ ਫਾਲ ਦੇਖਣ ਹੁਣ ਅਤੇ ਸ਼ੈਨਨ ਫਾਲ 'ਤੇ ਅਸੀਂ ਰੁਕੇ ਹਾਂ ਅਤੇ ਹੁਣ ਉੱਪਰ ਜਾਵਾਂਗੇ ਵੀਡੀਓ ਬਣਾਵਾਂਗੇ ਫਾਲ ਦੀ ਅਤੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਨਾਲੇ ਪਿਕਚਰਾਂ ਸ਼ੇਅਰ ਕਰਾਂਗੇ ਜੀ ਅਤੇ ਆ ਜਾਓ ਫਿਰ ਉੱਪਰ ਚੱਲਦੇ ਹਾਂ ਸ਼ੈਨਨ ਫਾਲ ਤੁਹਾਨੂੰ ਦਿਖਾਉਂਦੇ ਹਾਂ ਜੀਵਨ ਸਿੰਘ ਲੱਗਾ ਹੋਇਆ ਪਾਣੀ ਨਾਲ ਪੰਗੇ ਲੈਣ ਉਹ ਜੀਵਨ ਕੀ ਕਰਦਾ ਓਏ ਕਿੰਨਾ ਖੇਲ ਲੱਗਾ ਆ ਹੈਂ ਇਹ ਜਿਹੜਾ ਪਾਣੀ ਚੱਲ ਰਿਹਾ ਜੀ ਇਹ ਸਾਰਾ ਉੱਪਰੋਂ ਦੀ ਇਹ ਆਪਣੇ ਫਾਲ 'ਚੋਂ ਆ ਰਿਹਾ ਉੱਪਰੋਂ ਇਹ ਆਪਣੇ ਸ਼ੈਨਨ ਫਾਲ ਅਤੇ ਹਾਲੇ ਆਪਾਂ ਉੱਪਰੋਂ ਜਾਵਾਂਗੇ ਕਾਫੀ ਉੱਪਰੋਂ ਆਉਂਦਾ ਜੀ ਇਹ ਅਤੇ ਇਹ ਥੱਲੇ ਆ ਇੱਥੇ ਬੱਚਿਆਂ ਦੇ ਇੰਜੋਏ ਕਰਨ ਨੂੰ ਆਹ ਤੁਸੀਂ ਦੇਖ ਸਕਦੇ ਹਾਂ ਸਾਰੇ ਇੰਜੋਏ ਕਰਨ ਲੱਗੇ ਹੋਏ ਆ ਥੱਲੇ ਹਾਂਜੀ ਆਪਾਂ ਫਾਲ ਦੇ ਬਿਲਕੁਲ ਲਾਗੇ ਪਹੁੰਚ ਗਏ ਹਾਂ ਜੀ ਅਤੇ ਬਸ ਆ ਜਾਓ ਤੁਹਾਨੂੰ ਦਿਖਾਉਂਦੇ ਹਾਂ ਫਾਲ ਸ਼ੈਨਨ ਫਾਲ ਹਾਂਜੀ ਫਿਰ ਕਿੱਦਾਂ ਲੱਗਾ ਜੀ ਸਾਡਾ ਸ਼ੈਨਨ ਫਾਲ ਉਹ ਬੰਦੇ ਸਾਡੇ ਆ ਰਹੇ ਆ ਮਗਰ ਸਾਰੇ ਹੀ ਅਤੇ ਆਪਾਂ ਸ਼ੈਨਨ ਫਾਲ ਦਾ ਫਿਰ ਡਰੋਨ ਸ਼ੋਟ ਵੀ ਲਾਏ ਅੱਜ ਅਤੇ ਡਰੋਨ ਨਾਲ ਵੀ ਵੀਡੀਓ ਬਣਾਈ ਆ ਜੀ ਫਾਲ ਦੀ ਹੋ ਸਕਦਾ ਤੁਹਾਨੂੰ ਵਧੀਆ ਲੱਗਾ ਹੋਵੇ ਸਾਡਾ ਅੱਜ ਦਾ ਵਲੋਗ ਉਹ ਸਾਡੇ ਆ ਰਹੇ ਬੰਦੇ ਸਾਰੇ ਮਗਰ ਜੇ ਵਧੀਆ ਲੱਗੀ ਤਾਂ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਦੇਖਦੇ ਹਾਂ ਆਪਣੇ ਕੋਲ ਥੋੜ੍ਹਾ ਟਾਈਮ ਹੈਗਾ ਹਾਲੇ ਜੇ ਆਪਾਂ ਕਿਸੇ ਹੋਰ ਲੇਕ 'ਤੇ ਹਾਲੇ ਰੁਕੇ ਤਾਂ ਫਿਰ ਆਪਾਂ ਉੱਥੇ ਵੀ ਵੀਡੀਓ ਬਣਾਵਾਂਗੇ ਜੀ